ਇੱਕ ਵਾਰ ਮੌਸਮ ਖਰਾਬ ਹੋ ਗਿਆ ਅਤੇ ਸਾਡੇ ਆਰਟਿਸਟ ਜਿਹੜੇ ਹੈਗੇ ਆ ਉਹ ਪਿੱਛੇ ਮਤਲਬ ਗੱਡੀਆਂ 'ਚ ਫਸੇ ਹੋਏ ਨੇ, ਸੋ ਅਸੀਂ ਉਹਦੇ ਲਈ ਸੋਰੀ ਬੋਲਦੇ ਹਾਂ। ਜਿਵੇਂ ਕਹਿੰਦੇ ਇੰਡਸਟਰੀ 'ਚ ਅਮਿਤਾਭ ਬੱਚਨ ਸਾਹਿਬ ਜੇ ਕਹਿ ਦੇਣ ਵੀ 7 ਵਜੇ ਆਉਣਾ ਤਾਂ ਪੂਰੇ ਟਾਈਮ 'ਤੇ ਆਉਂਦੇ ਨੇ, ਸੋ ਸਾਡੇ ਪੰਜਾਬ ਦੇ ਅਮਿਤਾਭ ਬੱਚਨ ਸਾਹਿਬ ਬੀ ਐਨ ਸ਼ਰਮਾ ਜੀ ਬਿਲਕੁਲ ਟਾਈਮ 'ਤੇ ਪਹੁੰਚ ਗਏ, ਸੋ ਅਸੀਂ ਉਹਨਾਂ ਨੂੰ ਮਤਲਬ ਕਿ ਉਹਨਾਂ ਲਈ ਪਹਿਲਾਂ ਤਾਂ ਸੋਰੀ ਮੰਗਦੇ ਹਾਂ ਕਿ ਬਾਕੀ ਲੋਕ ਨਹੀਂ ਪਹੁੰਚ ਪਾਏ, ਪਰ ਸ਼ਰਮਾ ਜੀ ਪਹਿਲਾਂ ਪਹੁੰਚ ਗਏ ਆ, ਅਤੇ ਸ਼ਰਮਾ ਜੀ ਸੋਰੀ ਬਾਕੀਆਂ ਦੇ ਆਰਟਿਸਟ ਨਹੀਂ ਦੇ, ਅਤੇ ਬਸ ਜਸਟ ਵਿਦ ਇਨ 5 ਮਿੰਟ ਸਾਰੇ ਬੰਦੇ ਪਹੁੰਚਦੇ ਨੇ, ਅਤੇ ਉਹਦਾ ਆਪਣਾ ਮੈਂ ਪੁੱਛਾਂਗਾ ਜੀ ਸ਼ਰਮਾ ਜੀ ਦੋਸਤ ਤੁਹਾਨੂੰ ਆਪਣੇ ਸ਼ਬਦ ਕਰ ਦੇਣਗੇ ਫਿਲਮ ਦੀ ਪ੍ਰਮੋਸ਼ਨ ਵਾਸਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਹੜਾ ਕੰਮ ਪਹਿਲਾਂ ਹੀ ਸੋਰੀ ਨਾਲ ਸ਼ੁਰੂ ਹੋਏ ਉਹ ਮੈਨੂੰ ਲੱਗਦਾ ਕਿ ਚੰਗਾ ਹੀ ਹੋਏਗਾ, ਅਤੇ ਮੈਂ ਵੀ ਕਹਿ ਦਿੰਦਾ ਸੋਰੀ। ਅੱਛਾ, ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਟਾਈਟਲ ਹੈ ਸਾਡਾ ਕਿ ਮਹਿਕਮਾ ਛੜਿਆਂ ਦਾ, ਅਤੇ ਪ੍ਰੋਬਲਮ ਇਹ ਹੈ ਕਿ ਹਰੇਕ ਅੱਜ ਕੱਲ੍ਹ ਇਸ ਤਰ੍ਹਾਂ ਹੀ ਜਿਹੜੇ ਕੁੜੀ ਵਾਲੇ ਹੈ ਉਹ ਚਾਹੁੰਦੇ ਹੈ ਕਿ ਜਿਹੜਾ ਬੱਚੇ ਨਾਲ ਅਸੀਂ ਆਪਣੀ ਬੇਟੀ ਦਾ ਵਿਆਹ ਕਰੀਏ ਉਹ ਚੰਗੀ ਪੋਸਟ 'ਤੇ ਹੋਵੇ। ਵੈਸੇ ਤਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕੁੜੀਆਂ ਜਾਂ ਮੁੰਡੇ ਆਪਣੇ ਆਪ ਹੀ ਆਪਣਾ ਪੇਅਰ ਲੱਭ ਲੈਂਦੇ ਹੈ, ਪਰ ਜਿਹੜੇ ਛੱਡ ਦਿੰਦੇ ਆ ਆਪਣੇ ਪੇਰੈਂਟਸ ਦੇ ਉੱਤੇ ਉਹਨਾਂ ਦੇ ਨਾਂ 'ਤੇ ਇੱਕ ਵਾਰੀ ਤਾੜੀ ਮਾਰਦੇ ਹੋ। ਅਤੇ ਸਾਡੀ ਫਿਲਮ ਦੇ ਵਿੱਚ ਜਿੰਨੇ ਵੀ ਮੁੰਡੇ ਹੈ ਜਾਂ ਕੁੜੀਆਂ ਹੈ ਉਹ ਆਪਣੇ ਪੇਰੈਂਟਸ ਦੇ ਉੱਤੇ ਰਿਲਾਈ ਕਰਦੀਆਂ ਜਾਂ ਕਰਦੇ ਹੈ ਕਿ ਜਿਸ ਤਰ੍ਹਾਂ ਦਾ ਸਾਡੇ ਪੇਰੈਂਟਸ ਲੱਭਣਗੇ ਸਾਡੇ ਵਾਸਤੇ ਮੁੰਡਾ ਅਸੀਂ ਉਹ ਜਿਹੇ ਨਾਲ ਵਿਆਹ ਕਰਾਂਗੇ। ਅਤੇ ਫਿਰ ਕੀ ਹੁੰਦਾ ਜੇ ਮੁੰਡਾ ਲੱਭ ਵੀ ਗਿਆ ਤਾਂ ਫਿਰ ਪੇਰੈਂਟਸ ਕਹਿੰਦੇ ਹੈ ਕੁੜੀ ਦੇ ਕਿ ਜੇ ਕਿਸੇ ਹਾਇਰ ਪੋਸਟ 'ਤੇ ਹੋ ਜਾਏ ਮੁੰਡਾ ਫਿਰ ਜ਼ਿਆਦਾ ਵਧੀਆ ਹੈ। ਅਤੇ ਇਸੀ ਤਰ੍ਹਾਂ ਦੀ ਇਹ ਕਹਾਣੀ ਹੈ ਕਿ ਕੁੜੀ ਵਾਸਤੇ ਮੁੰਡੇ ਲੱਭੇ ਜਾ ਰਹੇ ਹੈ। ਮੈਂ ਵੀ ਇਹਦੇ ਵਿੱਚ ਇੱਕ ਪੁਲਿਸ ਵਾਲੇ ਦਾ ਟ੍ਰੈਫਿਕ ਪੁਲਿਸ ਵਾਲੇ ਦਾ ਰੋਲ ਕਰ ਰਿਹਾ। ਵੈਸੇ ਮੈਂ ਇਹ ਫਿਲਮਾਂ ਤੋਂ ਪਹਿਲਾਂ ਮੈਂ ਖੁਦ ਵੀ ਪੁਲਿਸ ਦੇ ਵਿੱਚ ਸੀਗਾ, ਸੱਚੀ ਮੁੱਚੀ ਦੀ ਪੁਲਿਸ ਵਿੱਚ। ਮੈਂ ਆਪਣੀ ਇੱਕ ਕਹਾਣੀ ਸੁਣਾਉਂਦਾ, ਛੋਟੀ ਜਿਹੀ ਗੱਲ ਹੈ। ਮੈਂ ਟ੍ਰੈਫਿਕ ਵਿੱਚ ਸੀਗਾ, ਰੋਲ ਵੀ ਇਹੋ ਜਿਹਾ ਹੀ ਸੀਗਾ ਮੇਰਾ। ਮੈਂ ਕਿਸੇ ਨੂੰ ਰੋਕਦਾ ਹਾਂ ਸਕੂਟਰ ਵਾਲੇ ਨੂੰ, ਅਤੇ ਉਹਦੇ ਕਾਗਜ਼ ਵਗੈਰਾ ਚੈੱਕ ਕਰਦਾ, ਉਹਦਾ ਲਾਇਸੈਂਸ RC ਵਗੈਰਾ ਸਭ ਠੀਕ ਹੁੰਦੇ ਹੈ, ਹੈਲਮੈਟ ਵੀ ਉਹਨਾਂ ਪਾਇਆ ਹੋਇਆ, ਲਾਈਟ ਵਗੈਰਾ ਸਭ ਕੁਛ ਠੀਕ ਸੀਗੀ। ਮੈਂ ਉਹਨਾਂ ਨੂੰ ਕਹਿੰਦਾ ਸੋਰੀ ਬ੍ਰਦਰ ਵੀ ਯਾਰ ਮੈਂ ਤੁਹਾਡਾ ਟਾਈਮ ਵੇਸਟ ਕੀਤਾ, ਤੁਹਾਡੇ ਕਾਗਜ਼ ਤਾਂ ਪੂਰੇ ਹੈ, ਪਲੀਜ਼ ਮਾਫ਼ ਕਰਿਓ, ਸੋਰੀ, ਜਾਓ ਤੁਸੀਂ। ਉਹ ਬੰਦੇ ਜਿਹੜੇ ਸਕੂਟਰ 'ਤੇ ਸੀ ਜਿਨ੍ਹਾਂ ਨੂੰ ਮੈਂ ਰੋਕਿਆ ਸੀਗਾ, ਉਹ ਕਹਿੰਦੇ ਕਿ ਤੂੰ ਆਪਣਾ ID ਦਿਖਾ, ਤੂੰ ਸੱਚਮੁੱਚ ਪੁਲਿਸ ਵਿੱਚ ਹੈ ਵੀ ਕਿ ਨਹੀਂ ਜਿਹੜਾ ਇਸ ਤਰ੍ਹਾਂ ਹੱਥ ਜੋੜ ਕੇ ਸਾਨੂੰ ਸੋਰੀ ਸੋਰੀ ਕਰ ਰਿਹਾ। ਇਹ ਮੇਰੀ ਕਹਾਣੀ ਹੈ ਆਪਣੀ, ਤਾਂ ਮਤਲਬ ਜੇ ਪੁਲਿਸ ਵਾਲਾ ਅੱਛੀ ਤਰ੍ਹਾਂ ਤਮੀਜ਼ ਨਾਲ ਗੱਲ ਕਰਦਾ ਹੈ ਤਾਂ ਆਪਾਂ ਦੀ ਇਹੀ ਜੀ ਸੁਭਾਅ ਹੋ ਗਿਆ, ਇਹੋ ਜਿਹੀ ਨੇਚਰ ਹੋ ਗਈ ਹੈ ਕਿ ਅੱਜ ਸਾਨੂੰ ਲੱਗਦਾ ਹੈ ਕਿ ਉਹ ਪੁਲਿਸ ਵਾਲਾ ਹੈ ਵੀ ਕਿ ਨਹੀਂ, ਜਦ ਤੱਕ ਅਗਲਾ ਗਾਲ ਕੱਢ ਕੇ ਗੱਲ ਨਾ ਕਰੇ ਆਪਾਂ ਨੂੰ ਯਕੀਨ ਨਹੀਂ ਹੁੰਦਾ। ਤਾਂ ਇਹ ਫਿਲਮ ਜ਼ਿਆਦਾਤਰ
ਤੁਹਾਡਾ ਮਨੋਰੰਜਨ ਕਰੇਗੀ। ਡਾਇਰੈਕਟਰ ਸਾਹਿਬ ਡਿੰਪੀ ਸਾਹਿਬ ਸੀਗੇ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਨਿੱਕੂ ਜੀ ਇਸ ਫਿਲਮ ਦੇ ਹੀਰੋ ਹੈ, ਮਤਲਬ ਕਹਾਣੀ ਵੀ ਬਹੁਤ ਵਧੀਆ ਹੈ, ਮਤਲਬ ਤੁਸੀਂ ਇੰਜੋਏ ਕਰੋਗੇ ਕਹਾਣੀ ਨੂੰ ਦੇਖ ਕੇ ਸੁਣ ਕੇ। ਮਿਊਜ਼ਿਕ ਬਹੁਤ ਵਧੀਆ ਹੈ ਅਤੇ ਬਾਕੀ ਸਾਰੇ ਕਲਾਕਾਰਾਂ ਦਾ ਰੋਲ ਵਗੈਰਾ ਵੀ ਬਹੁਤ, ਮੇਰੇ ਖਿਆਲ ਨਾਲ ਜਿੰਨੀ ਕੁ ਦੇਰ ਮੈਂ ਸ਼ੂਟਿੰਗ ਕੀਤੀ ਹੈ, ਮੈਂ ਦੇਖੇ ਹੈ ਸਕ੍ਰਿਪਟ ਦੇ ਹਿਸਾਬ ਨਾਲ, ਮੈਨੂੰ ਸਾਰਿਆਂ ਦਾ ਰੋਲ ਬਹੁਤ ਐਂਟਰਟੇਨਿੰਗ ਲੱਗਿਆ, ਬੜਾ ਹਾਸੇ ਪੈਂਦੇ ਹੈ। ਔਰ ਲੋਕ ਅੱਜ ਕੱਲ੍ਹ ਇਸ ਤਰ੍ਹਾਂ ਹੀ ਚਾਹੁੰਦੇ ਹੈ ਕਿ ਅਸੀਂ ਸਿਨੇਮੇ 'ਚ ਜੇ ਆਈਏ ਅਤੇ ਇੰਜੋਇਮੈਂਟ ਵਾਸਤੇ, ਲੋਕਾਂ ਦਾ ਮਨੋਰੰਜਨ ਹੋਣਾ ਚਾਹੀਦਾ ਹੈ। ਇਹ ਫਿਲਮ ਮਨੋਰੰਜਨ ਨਾਲ ਭਰਪੂਰ ਹੈ, ਮਿਊਜ਼ਿਕ ਬਹੁਤ ਵਧੀਆ ਹੈ, ਬਾਕੀ ਅਸੀਂ ਜੋ ਕਰਨਾ ਸੀ ਅਸੀਂ ਤਾਂ ਕਰ ਚੁੱਕੇ, ਹੁਣ ਤੁਹਾਡੀ ਵਾਰੀ ਹੈ। ਜਿਹੜੇ ਪ੍ਰੈਸ ਵਾਲੇ ਹੈ, ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਤੁਸੀਂ ਇਹੋ ਜਿਹੇ ਮੌਸਮ 'ਚ ਸਾਡੇ ਕਲਾਕਾਰਾਂ ਤੋਂ ਪਹਿਲਾਂ ਆ ਕੇ ਆਪਣੀ ਡਿਊਟੀ 'ਤੇ ਤੈਨਾਤ ਹੋ ਗਏ ਹੋ। ਔਰ ਬਾਕੀ ਹੁਣ ਤੁਹਾਡੇ ਹੱਥ ਵਿੱਚ ਹੈ, ਤੁਸੀਂ ਥੋੜ੍ਹਾ ਵਧੀਆ ਜਿਹਾ ਲਿਖ ਦਿਓ ਪਲੀਜ਼। ਫਿਲਮ ਬੜੀ ਮੁਸ਼ਕਲਾਂ ਨਾਲ ਅਮਨ ਜੀ ਨੇ ਇਸ ਲੈਵਲ ਤੱਕ ਪਹੁੰਚਾਈ ਹੈ, ਇਹਨਾਂ ਦੀ ਬਹੁਤ ਮਿਹਨਤ ਹੈ ਔਰ ਪੈਸਾ ਤਾਂ ਇਨਵੋਲਵ ਹੁੰਦਾ ਹੀ ਹੈ ਹਰੇਕ ਫਿਲਮ ਦੇ ਵਿੱਚ, ਅਤੇ ਆਪਾਂ ਨੂੰ ਚਾਹੀਦਾ ਹੈ ਕਿ ਇਸ ਫਿਲਮ ਨੂੰ ਖਿੜੇ ਮੱਥੇ ਲਈਏ, ਵੈਲਕਮ ਕਰੀਏ ਇਸ ਫਿਲਮ ਨੂੰ। ਥੈਂਕ ਯੂ ਵੈਰੀ ਮੱਚ। ਬੇਸਿਕਲੀ ਇਹ ਫਿਲਮ ਡਿੰਪੀ ਸਰ ਦੀ ਆ, ਮੈਂ ਉਹਨਾਂ ਨੂੰ ਟ੍ਰਿਬਿਊਟ ਕਰ ਰਿਹਾ ਗਾ। ਉਹਨਾਂ ਨੇ ਇਸ ਫਿਲਮ ਦੇ ਵਾਸਤੇ ਬਹੁਤ ਬਹੁਤ ਟਾਈਮ ਲਾਇਆ, ਬਹੁਤ ਸਾਰਾ ਕੁਛ ਕੀਤਾ, ਸਟੋਰੀ ਵੀ ਉਹਨਾਂ ਦੀ ਆਪਦੀ ਆ, ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਇਸ ਫਿਲਮ ਦੇ ਵਿੱਚ। ਸੋ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਵਿੱਚ ਉਹ ਹੈ ਨਹੀਂ, ਬਟ ਉਹ ਆਲਵੇਜ਼ ਸਾਡੇ ਦਿਲ ਦੇ ਵਿੱਚ ਹੀ ਰਹਿਣਗੇ, ਵੀ ਮਿਸ ਹਿਮ। ਸੋ ਇਹ ਫਿਲਮ ਡਿੰਪੀ ਭਾਈ ਦੀ ਹੈਗੀ ਆ ਅਤੇ ਡਿੰਪੀ ਭਾਈ ਦੀ ਹੀ ਰਹਿਣੀ ਆ। ਦੂਜੀ ਅਤੇ ਫਿਲਮ ਦੇ ਪ੍ਰੋਡਿਊਸਰ ਮੇਰੇ ਡੈਡੀ ਜੀ ਸੁਖਵਿੰਦਰ ਸਿੰਘ ਜੱਸਲ ਅਤੇ ਮੇਰੇ ਮੋਮ ਸਤਵੀਰ ਕੌਰ ਜੱਸਲ, ਸੋ ਉਹਨਾਂ ਨੇ ਬਹੁਤ ਮਿਹਨਤ ਕਰਕੇ ਫਿਲਮ ਬਣਾਈ ਆ। ਫਿਲਮ ਬਹੁਤ ਵਧੀਆ ਬਣ ਗਈ, ਕੌਮੇਡੀ ਫਿਲਮ ਆ ਪੂਰੀ, ਅਤੇ ਜਿੰਨੇ ਵੀ ਕਰੈਕਟਰ ਨੇ, ਮਤਲਬ ਕਿ ਮੈਂ ਇਹ ਕਹੂੰਗਾ ਵੀ ਸਾਰੇ ਹੀਰੋ ਆ ਫਿਲਮ ਦੇ, ਹਰ ਇੱਕ ਕਰੈਕਟਰ ਦਾ ਆਪਣਾ ਰੋਲ ਹੈਗਾ। ਮਤਲਬ ਕਿ ਉਸ ਨੂੰ ਇਹ ਨਹੀਂ ਕਹਿ ਸਕੀ ਉਹ 'ਚ ਹੀਰੋ ਨਿੱਕੂ ਭਾਅ ਜੀ ਨੇ ਜਾਂ ਪ੍ਰਦੀਪ ਭਾਅ ਜੀ ਆ ਜਾਂ ਮੈਂ ਆ, ਹਰ ਇੱਕ ਕਰੈਕਟਰ ਦਾ ਰੋਲ ਇੰਨਾ ਵੱਡਾ ਹੈਗਾ। ਮਤਲਬ ਕਿ ਇਸ ਫੁੱਲੀ ਇੰਟਰਟੇਨਮੈਂਟ, ਇੰਨੀ ਕੌਮੇਡੀ ਫਿਲਮਾਂ, ਤੁਸੀਂ ਟ੍ਰੇਲਰ ਦੇਖੋ ਲੱਗ ਜੂ ਪਤਾ ਆਪਾਂ ਨੂੰ ਲਾਂਚ ਕਰਾਂਗੇ। ਸੋ ਬਾਕੀ ਸਾਰਿਆਂ ਨੇ ਪੂਰਾ ਵਧੀਆ ਕੰਮ ਕੀਤਾ ਫਿਲਮ ਦਾ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਵੱਧ ਵੱਧ ਸਪੋਰਟ ਕਰੋ। ਐਂਡ ਥੈਂਕ ਯੂ ਫੋਰ ਦਾ ਮੀਡੀਆ, ਤੁਸੀਂ ਇੱਥੇ ਆਏ ਸਾਡਾ ਸਾਨੂੰ ਸਪੋਰਟ ਕਰਨ ਵਾਸਤੇ, ਥੈਂਕ ਯੂ ਵੈਰੀ ਮੱਚ। ਬਿਲਕੁਲ, ਇਹ 'ਚ ਆਪਾਂ ਇਹ ਕਹਿ ਸਕਦੇ ਹਾਂ ਕਿ ਹਰੇਕ ਸਮੱਸਿਆਵਾਂ ਤਾਂ ਦੱਸੀ ਗਈਆਂ, ਪਰ ਮਜ਼ਾਕ ਮਜ਼ਾਕ ਦੇ ਵਿੱਚ ਸਾਰੀ ਸੁਸਾਇਟੀ ਦਾ ਸੱਚ ਸਾਹਮਣਾ ਪੇਸ਼ ਕੀਤਾ ਗਿਆ। ਇਹ ਪੁਲਿਸ ਨੂੰ ਬੇਸ ਰੱਖ ਕੇ ਫਿਲਮ ਬਣਾਈ ਗਈ ਹੈ ਕਿ ਜਿਹੜੇ ਸਾਰੇ ਪੁਲਿਸ ਵਾਲੇ ਹੈਗੇ ਆ ਉਹ ਇੱਦਾਂ ਦੇ ਨਹੀਂ ਹੁੰਦੇ ਗੇ, ਕੋਈ ਪੁਲਿਸ ਵਾਲੇ ਚੰਗੇ ਵੀ ਹੁੰਦੇ ਨੇ, ਅਤੇ ਮਤਲਬ ਕਿ ਜਿਹੜੀ ਸਮੱਸਿਆ ਵਾ ਆਪਣੇ ਟ੍ਰੈਫਿਕ ਪੁਲਿਸ ਵਾਲੇ ਦੀਆਂ ਸੀ ਉਹ ਖਾਸ ਕਰਕੇ ਇਹਦੇ ਵਿੱਚ ਦੱਸੀਆਂ ਗਈਆਂ ਕਿ
ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕੀ ਪ੍ਰੋਬਲਮ ਆਉਂਦੀਆਂ ਹਨ? ਆਪਾਂ ਨੂੰ ਤਾਂ ਲੱਗਦਾ ਕਿ ਰੈੱਡ ਲਾਈਟ ਕ੍ਰੋਸ ਕਰਕੇ ਆਪਾਂ ਲੰਘ ਗਏ ਅਤੇ ਰੂਲ ਤੋੜਤਾ, ਪਰ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਵਿਚਾਰੇ ਧੁੱਪੇ ਖੜ੍ਹੇ ਰਹਿੰਦੇ ਆ, ਉਹਨਾਂ ਦੀ ਫੈਮਿਲੀ ਦੀਆਂ ਕੀ ਪ੍ਰੋਬਲਮ ਹੈਗੀਆਂ, ਉਹ ਇੱਕ ਕੌਮਿਕ ਕਮੇਡੀ ਦੇ ਜ਼ਰੀਏ ਦੱਸੀ ਗਈਆਂ ਹਨ। ਬਾਕੀ ਸਾਰੇ ਪਾਤਰਾਂ ਨੇ ਬਹੁਤ ਵਧੀਆ ਆਪਦਾ ਐਕਟਿੰਗ ਕੀਤੀ ਹੈ ਇਹਦੇ ਵਿੱਚ। ਮੈਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਬਹੁਤ ਬਹੁਤ ਪਸੰਦ ਆਊ। ਅਤੇ ਬਾਕੀ ਜੋਗਿੰਦਰ ਭਾਅ ਜੀ ਹੋਰ ਇਹਨਾਂ ਨੇ ਹੀ ਇਜ਼ ਅ ਗੁੱਡ ਡਾਇਰੈਕਟਰ ਐਂਡ ਇਹ ਨੈਕਸਟ ਫਿਲਮ ਬਹੁਤ ਜਲਦੀ ਸਟਾਰਟ ਕਰਨ ਵਾਲੇ ਸੀ। ਹੋਪਫੁਲੀ ਇਸ ਦੇ ਰਿਸਪੋਂਸ ਤੋਂ ਬਾਅਦ ਵਿੱਚ ਸਾਡੀ ਨੈਕਸਟ ਫਿਲਮ ਮੋਸਟ ਪ੍ਰੋਬਲੀ ਬਹੁਤ ਜਲਦੀ ਸ਼ੂਟ ਹੋ ਰਹੀ ਆ। ਉਹ ਫਿਲਮ ਸਾਡੀ ਅੱਧੀ ਇੰਡੀਆ ਅਤੇ ਅੱਧੀ ਕੈਨੇਡਾ ਸ਼ੂਟ ਹੋਣ ਜਾ ਰਹੀ ਹੈ ਅਤੇ ਉਹਨਾਂ ਨੂੰ ਡਾਇਰੈਕਟ ਭਾਅ ਜੀ ਹੋਰਾਂ ਨੇ ਕਰਨਾ। ਭਾਅ ਸਭ ਤੋਂ ਪਹਿਲਾਂ ਮੈਂ ਡਿੰਪੀ ਭਾਅ ਜੀ ਨੂੰ ਯਾਦ ਕਰਦੇ ਹੋਏ, ਕਿਉਂਕਿ ਉਹਨਾਂ ਨੇ ਜਿਹੜੀ ਫਿਲਮ ਬਣਾਈ ਸੀ ਉਹਦੇ 'ਚ ਕੁਛ ਕੰਮ ਰਹਿ ਗਿਆ ਸੀਗਾ ਅਤੇ ਮੈਂ 2010 ਵਿੱਚ ਡਿੰਪੀ ਭਾਅ ਜੀ ਨਾਲ ਐਜ ਏ ਅਸਿਸਟੈਂਟ ਵੀ ਕੰਮ ਕੀਤਾ ਸੀਗਾ। ਸੋ ਮੈਨੂੰ ਚਲੋ ਇੱਕ ਇਸ ਮੂਮੈਂਟ ਦੇ ਉੱਪਰ ਆ ਕੇ ਕਿਤੇ ਦਾ ਰੱਬ ਨੇ ਮੌਕਾ ਦਿੱਤਾ, ਅਮਨ ਮੈਨੂੰ ਮਿਲੇ ਅਤੇ ਇਹਨਾਂ ਦੀ ਜਿਹੜੀ ਅੱਗੇ ਫਿਲਮ ਹੈ ਇਹਨੂੰ ਰਿਲੀਜ਼ ਤੱਕ ਕੰਪਲੀਟ ਕਰਵਾਇਆ ਅਤੇ ਫਿਲਮ ਮੈਂ ਦੇਖੀ ਅਤੇ ਫਿਲਮ ਬਹੁਤ ਵਧੀਆ ਬਣੀ ਹੋਈ ਹੈ। ਇਹਦੇ ਵਿੱਚ ਰਾਣਾ ਭਾਅ ਜੀ, ਬੀ ਐਨ ਸ਼ਰਮਾ ਜੀ, ਸਰਦਾਰ ਸੋਹੀ, ਇਹਨਾਂ ਨੇ ਇੰਨੇ ਵਧੀਆ ਕਰੈਕਟਰ ਨਿਭਾਇਆ ਹੋਇਆ ਕਿ ਮਤਲਬ ਤੁਸੀਂ ਦੇਖੋਗੇ ਬਹੁਤ ਇੰਜੋਏ ਕਰੋਗੇ। ਅਤੇ ਜਿਵੇਂ ਅੱਜ ਕੱਲ੍ਹ ਕੌਮੇਡੀ ਫਿਲਮਾਂ ਦਾ ਟ੍ਰੈਂਡ ਹੈਗਾ ਹੈ, ਉਹਦੇ ਵਿੱਚੋਂ ਇੱਕ ਵਨ ਆਫ ਦਾ ਮਾਸਟਰ ਪੀਸ ਹੀ ਹੈਗਾ ਇਹ। ਬਾਕੀ ਕੀ ਹੈ ਕਿ ਇਸ ਟਾਈਮ ਦੇ ਉੱਪਰ ਸਭ ਤੋਂ ਟਫ ਕੰਮ ਹੁੰਦਾ ਹੈਗਾ ਫਿਲਮ ਨੂੰ ਰਿਲੀਜ਼ ਕਰਨਾ। ਸੋ ਅਮਨ ਕੈਨੇਡਾ ਤੋਂ ਇੱਥੇ ਆਏ, ਉਹਨਾਂ ਨੇ ਕਿਹਾ ਫਿਲਮ ਰਿਲੀਜ਼ ਕਰਨੀ ਹੈ। ਸਾਰੇ ਹੀ ਸਾਰੇ ਅੱਜ ਦਾ ਦਿਨ ਬਹੁਤ ਆਪਣੇ ਕੋਲ ਘੱਟ ਟਾਈਮ ਸੀਗਾ ਕਿ ਅੱਜ ਆਪਾਂ ਟ੍ਰੇਲਰ ਨੂੰ ਆਪਾਂ ਲਾਂਚ ਕਰ ਰਹੇ ਹਾਂ ਅਤੇ ਰਾਣਾ ਭਾਅ ਜੀ ਇਸ ਟਾਈਮ ਕੈਨੇਡਾ ਨੇ, ਕੁਝ ਸਾਡੇ ਆਰਟਿਸਟ ਰਸਤੇ 'ਚ ਫਸੇ ਹੋਏ ਨੇ ਅਤੇ ਅਸੀਂ ਬੀ ਐਨ ਸ਼ਰਮਾ ਜੀ ਦਾ ਬਹੁਤ ਥੈਂਕਸ ਕਰਦੇ ਹਾਂ ਕਿ ਉਹਨਾਂ ਨੇ ਟਾਈਮ ਤੋਂ ਪਹਿਲਾਂ ਇੱਥੇ ਪਹੁੰਚ ਕੇ, ਸਾਰਿਆਂ ਤੋਂ ਪਹਿਲਾਂ ਪਹੁੰਚ ਕੇ ਅਤੇ ਤੁਹਾਡੇ ਸਾਹਮਣੇ ਉਹ ਰੂਬਰੂ ਹੋਏ। ਇਹਨਾਂ ਦੀ ਇੱਕ ਬਲੈਸਿੰਗ ਹੈ ਅਤੇ ਇੱਕ ਸਭ ਨੂੰ ਇੱਕ ਮਤਲਬ ਹੈ, ਇਹ ਗੱਲ ਹੋ ਕਿ ਟ੍ਰੇਲਰ ਦੇਖੋ, ਫਿਲਮ ਤੁਸੀਂ ਦੇਖਣਾ ਪਸੰਦ ਕਰੋਗੇ, ਥੀਏਟਰਸ ਜਾ ਕੇ ਫਿਲਮ ਦੇਖੋ ਐਂਡ ਯੂ ਵਿਲ ਲਵ ਇਟ। ਥੈਂਕ ਯੂ। ਹੈਲੋ ਐਵਰੀਵਨ, ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਤਾਂ ਇਹ ਕਹੂੰਗੀ ਮੇਰੀ ਪਹਿਲੀ ਮੂਵੀ ਆ ਅਤੇ ਮੈਂ ਬਹੁਤ ਐਕਸਾਈਟਿਡ ਸੀਗੀ। ਹੋਪਫੁਲੀ ਹੁਣ ਇਹ ਰਿਲੀਜ਼ ਹੋ ਜਾ ਰਹੀ ਹੈ, ਸੋ ਆਈ ਗੈਸ ਆਪ ਸਭ ਕੋ ਅੱਛਾ ਲੱਗੇਗਾ ਮੂਵੀ ਦੇਖ ਕੇ। ਬਾਕੀ ਹੁਣ ਸਭ ਨੇ ਆਈ ਹੈ, ਸਭ ਨੇ ਆਪਣਾ ਬੋਲ ਲਿਆ, ਜ਼ਿਆਦਾ ਮੇਰੇ ਤੋਂ ਕੁਛ ਬੋਲਣੇ ਹੁੰਦੀ ਆ, ਬਸ ਬਹੁਤ ਸਾਰਾ ਪਿਆਰ ਦੇਣਾ ਹੁੰਦਾ ਔਰ ਦੇਖਣਾ ਜ਼ਰੂਰ। ਥੈਂਕ ਯੂ। ਥੈਂਕ ਯੂ ਸੋ ਮਚ ਐਵਰੀਵਨ। ਸੋ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਇਹ ਗੱਲਬਾਤ ਕਰਕੇ ਅਤੇ ਹੁਣ ਅਸੀਂ ਜੀ ਟ੍ਰੇਲਰ ਦਿਖਾਉਣ ਜਾ ਰਹੇ ਹਾਂ। ਜਿਵੇਂ ਕਿ ਆਪਾਂ ਕਹਿੰਦੇ ਹਾਂ ਕਿ ਜਦੋਂ ਅਸੀਂ ਮਾਰਕੀਟ ਵਿੱਚ ਕੋਈ ਪ੍ਰੋਡਕਟ ਲਾਂਚ ਕਰਨਾ ਹੋਵੇਗਾ, ਸਭ ਤੋਂ ਪਹਿਲੇ ਸ਼ੁਰੂ ਕਰਾਂਗੇ ਅਸੀਂ ਸ਼ਰਮਾ ਸਰ ਤੋਂ, ਸਾਡੇ ਹਰਮਨ ਪਿਆਰੇ ਕਾਮੇਡੀ ਕਿੰਗ, ਥੋੜ੍ਹੀ ਰੋਸ਼ਨੀ ਪਾਓ ਸਰ। ਸਿਰਫ ਕਾਮੇਡੀ ਨਹੀਂ, ਮੈਨੂੰ ਜਿਹਾ ਜਿਹਾ ਕੈਰੈਕਟਰ ਮਿਲਦਾ ਹੈ ਉਹੋ ਜਿਹਾ ਕਰਦਾ, ਜੇ ਉਹਦੇ ਵਿੱਚ ਕਾਮੇਡੀ ਹੋਵੇ ਤਾਂ ਮੈਂ ਕਾਮੇਡੀ ਕਰਦਾ, ਜੇ ਨਾ ਹੋਏ ਫਿਰ ਨਹੀਂ। ਅਤੇ ਇਸ ਫਿਲਮ ਦੇ ਵਿੱਚ ਡਿੰਪੀ ਭਾਅ ਜੀ ਜਿਹੜੇ ਸਾਡੇ ਡਾਇਰੈਕਟਰ ਸੀਗੇ, ਹੁਣ ਇਸ ਵੇਲੇ ਉਹ ਨਹੀਂ ਹੈ ਸਾਡੇ ਨਾਲ, ਉਹਨਾਂ ਨਾਲ ਮੇਰੀ ਐਸੋਸੀਏਸ਼ਨ ਜਸਪਾਲ ਭੱਟੀ ਜੀ ਦੇ ਨਾਲ ਦੇ ਟਾਈਮ ਤੋਂ ਸੀਗੀ।
ਉਹਨਾਂ ਦੇ ਸੀਰੀਅਲ ਵਗੈਰਾ ਦੇ ਵਿੱਚ ਇਹ ਜਸਪਾਲ ਜੀ ਦੇ ਅਸਿਸਟੈਂਟ ਸੀਗੇ। ਮਨੀ ਪਲਾਂਟ ਇੱਕ ਸੀਰੀਅਲ ਜਸਪਾਲ ਜੀ ਨੇ ਕੀਤਾ ਸੀਗਾ, ਉਹਦੇ ਵਿੱਚ ਇਹਦੇ ਨਾਲ ਹੀ ਸੀਗੇ। ਤਾਂ ਜਦੋਂ ਇਹਨਾਂ ਨੇ ਇਹ ਫਿਲਮ ਬਣਾਈ ਮਹਿਕਮਾ ਛੜਿਆਂ ਦਾ, ਤਾਂ ਇਹਨਾਂ ਨੇ ਮੈਨੂੰ ਵੀ ਕਾਸਟ ਕੀਤਾ ਬਿਨਾਂ ਕਿਸੇ ਸ਼ਰਤ ਤੋਂ, ਬਿਨਾਂ ਕਿਸੇ ਹੈਜੀਟੇਸ਼ਨ ਤੋਂ। ਮੈਂ ਇੱਕਦਮ ਹਾਂ ਇਸ ਕਰਕੇ ਕਰਤੀ ਕਿਉਂਕਿ ਜਿਨ ਦਿਨਾਂ ਇਹ ਅਸਿਸਟੈਂਟ ਸੀਗੇ ਜਸਪਾਲ ਜੀ ਦੇ, ਉਦੋਂ ਹੀ ਮੈਨੂੰ ਸਮਝ ਪੈ ਗਈ ਸੀਗੀ ਕਿ ਕੌਮੇਡੀ ਦੇ ਵਿੱਚ ਇਹਨਾਂ ਦੀ ਕਾਫੀ ਪਕੜ ਹੈਗੀ ਹੈ। ਕਿਉਂਕਿ ਜਸਪਾਲ ਜੀ ਜਿਸ ਤਰ੍ਹਾਂ ਦਾ ਲਿਖਦੇ ਸੀਗੇ, ਅੱਜ ਤੱਕ ਮੈਂ ਬੇਸ਼ੱਕ ਕੋਈ 180-185 ਫਿਲਮਾਂ ਕਰ ਚੁੱਕਿਆ ਹੈ, ਪਰ ਉਹਨਾਂ ਦੇ ਵਰਗਾ ਲਿਖਣ ਵਾਲਾ ਮੈਨੂੰ ਅੱਜ ਤੱਕ ਨਹੀਂ ਕੋਈ ਮਿਲਿਆ। ਕੌਮੇਡੀ ਬਹੁਤ ਲਿਖ ਰਹੇ ਹੈ ਲੋਕ, ਪਰ ਉਹਨਾਂ ਨੇ ਜੋ ਜਿਸ ਤਰ੍ਹਾਂ ਦੀ ਇੱਕ ਲਾਈਨ ਦੇ ਵਿੱਚ ਹੀ ਉਹ ਕੌਮੇਡੀ ਕਰਦੇ ਸੀਗੇ। ਅੱਜ ਕੱਲ੍ਹ ਜਿੱਦਾਂ ਇਲੈਕਸ਼ਨ ਦਾ ਟਾਈਮ ਹੈ, ਇੱਕ ਉਹਨਾਂ ਦਾ ਸੀਰੀਅਲ ਸੀਗਾ ਫੁੱਲ ਟੈਨਸ਼ਨ, ਉਹਦੇ ਵਿੱਚ ਇਲੈਕਸ਼ਨ ਦਾ ਹੀ ਟਾਈਮ ਹੁੰਦਾ ਹੈ। ਮੈਂ ਵੀ ਨੇਤਾ ਬਣਿਆ ਹੋਇਆ ਅਤੇ ਮੈਂ ਉਹਨਾਂ ਕੋਲ ਜਾਂਦਾ ਹੈ ਉਹਨਾਂ ਦੇ ਘਰ, ਤਾਂ ਉਹ ਲੌਂਚ ਬੈਠੇ, ਕੁਸ਼ਤੀਆਂ ਹੋ ਰਹੀਆਂ, ਰੈਸਲਿੰਗ ਹੋ ਰਹੀ ਹੈ ਅਤੇ ਢੋਲ ਵੱਜ ਰਿਹਾ, ਅਤੇ ਮੈਂ ਪੁੱਛਦਾ ਹੈ ਕਿ ਜਸਪਾਲ ਜੀ ਤੁਸੀਂ ਤਾਂ ਨੇਤਾ ਹੋ, ਇਹ ਕੁਸ਼ਤੀਆਂ ਰੈਸਲਿੰਗ ਦੀ ਤੁਹਾਨੂੰ ਕਦ ਤੋਂ ਸ਼ੌਕ ਪੈ ਗਿਆ? ਉਹ ਕਹਿੰਦੇ ਬੂਥ ਕੈਪਚਰਿੰਗ ਵੀ ਤਾਂ ਕਰਨੀ ਹੈ। ਮਤਲਬ ਉਹ ਇੱਕ ਲਾਈਨ ਦੇ ਵਿੱਚ ਪੰਚ ਬਣਾ ਦਿੰਦੇ ਸੀਗੇ। ਜ਼ਿਆਦਾ ਇਸ ਅੱਜ ਕੱਲ੍ਹ ਜਿਹੜੀ ਕੌਮੇਡੀ ਚੱਲ ਰਹੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਬੰਦਾ ਬੋਲਦਾ ਹੈ, ਦੂਸਰਾ ਰਿਸਪੋਂਸ ਕਰਦਾ ਹੈ, ਤੀਸਰੇ ਡਾਇਲੋਗ 'ਤੇ ਉਹ ਕੋਈ ਪੰਚ ਨਿਕਲਦਾ ਹੈ। ਉਹਨਾਂ ਦਾ ਸਟਾਈਲ ਇਹੋ ਜਿਹਾ ਸੀਗਾ, ਸਟਾਇਰ ਵੀ ਹੁੰਦਾ ਸੀਗਾ ਔਰ ਕੌਮੇਡੀ ਵੀ ਹੁੰਦੀ ਸੀਗੀ। ਇਹ ਡਿੰਪੀ ਭਾਅ ਜੀ ਆਪਾਂ ਮੰਨ ਕੇ ਚੱਲੀਏ ਕਿ ਉਹਨਾਂ ਦੇ ਹੀ ਨਾਲ ਕੰਮ ਕੀਤਾ ਹੈ, ਉਹਨਾਂ ਦੇ ਸ਼ਾਗਿਰਦ ਸੀਗੇ, ਇਸ ਕਰਕੇ ਇਹਨਾਂ ਦੇ ਲਿਖਣ ਦੇ ਵਿੱਚ ਵੀ ਬਹੁਤ ਇੱਕ ਮਤਲਬ ਫਿਲਮ ਦੇਖਦੇ ਹੋਏ ਆਪਾਂ ਨੂੰ ਕਿਤੇ ਨਾ ਕਿਤੇ ਇਹ ਅਹਿਸਾਸ ਹੁੰਦਾ ਹੈ ਕਿ ਇਹ ਜਿਹੜਾ ਹਸਾ ਰਹੇ ਹੈ ਸਾਨੂੰ ਕਿਤੇ ਨਾ ਕਿਤੇ ਮਿੱਠੀ ਰਸਗੁੱਲੇ ਦੇ ਨਾਲ ਕੁਨੀਨ ਵੀ ਦੇ ਰਹੇ ਹੈ, ਇੱਕ ਨਾ ਇੱਕ ਕੋਈ ਦਵਾਈ ਵੀ ਇਹੀ ਜਿਹੀ ਦੇ ਰਹੇ ਹੈ, ਇੱਕ ਇਹੋ ਜਿਹਾ ਸਮਾਜ ਦੇ ਉੱਤੇ ਸਟਾਇਰ ਵੀ ਕਰ ਰਹੇ ਹੈ। ਇਹ ਇਹਨਾਂ ਦੀ ਖਾਸੀਅਤ ਸੀਗੀ ਔਰ ਮੇਰਾ ਰੋਲ ਵੀ ਇਹਦੇ ਵਿੱਚ ਟ੍ਰੈਫਿਕ ਪੁਲਿਸ ਦਾ ਹੈ। ਉਹਨਾਂ ਦੀ ਕਿਸ ਤਰ੍ਹਾਂ ਦੀ ਪ੍ਰੋਬਲਮਸ ਹੁੰਦੀ ਹੈ ਟ੍ਰੈਫਿਕ ਪੁਲਿਸ ਵਾਲਿਆਂ ਦੀ, ਸਾਰਾ ਦਿਨ ਚੌਕ ਦੇ ਵਿੱਚ ਖੜ੍ਹੇ ਰਹਿਣਾ, ਧੁੱਪ ਧੂੜ ਔਰ ਵਿਸਲਾ ਮਾਰੀ ਜਾ ਰਹੇ, ਕੋਈ ਸੁਣ ਨਹੀਂ ਰਿਹਾ, ਇਹੀ ਜੀ ਮੇਰੀ ਡਿਊਟੀ ਹੈ। ਅਤੇ ਤੁਸੀਂ ਇੰਜੋਏ ਕਰੋਗੇ ਕਿਉਂਕਿ ਹਾਲੇ ਤੱਕ ਮੈਂ ਇੰਨੀਆਂ ਫਿਲਮਾਂ ਦੇ ਵਿੱਚ ਕੋਈ ਵੀ ਟ੍ਰੈਫਿਕ ਪੁਲਿਸ ਦਾ ਰੋਲ ਨਹੀਂ ਕੀਤਾ। ਵੈਸੇ ਪੁਲਿਸ ਵਾਲਾ ਤਾਂ ਕਈ ਫਿਲਮਾਂ 'ਚ ਬਣਿਆ ਹੈ ਔਰ ਮੈਂ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਅੱਜ ਤੱਕ ਮੇਰੇ 'ਤੇ ਆਪਣਾ ਆਸ਼ੀਰਵਾਦ, ਆਪਣੀ ਗੁੱਡ ਵਿਸ਼ਿਜ਼ ਰੱਖੀਆਂ ਹੈ ਇਸ ਫਿਲਮ ਦੇ ਵਿੱਚ ਵੀ ਔਰ ਮੇਰੇ 'ਤੇ ਵੀ ਆਪਣੀ ਇਸੀ ਤਰ੍ਹਾਂ ਆਸ਼ੀਰਵਾਦ ਔਰ ਗੁੱਡ ਵਿਸ਼ਿਜ਼ ਰੱਖੋ, ਜ਼ਰੂਰ ਦੇਖਣ ਆਓ ਸਾਰੇ, ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੇਗੀ। ਥੈਂਕ ਯੂ ਵੈਰੀ ਮਚ। ਹਾਂਜੀ ਡਿੰਪੀ ਭਾਅ ਜੀ ਦੇ ਕੋਲ ਜਦੋਂ ਮੈਂ ਆਇਆ, ਇਹਨਾਂ ਨੇ ਬਹੁਤ ਮਿਹਨਤ ਕੀਤੀ ਫਿਲਮ ਦੇ ਉੱਪਰ। ਇਹਨਾਂ ਨੇ ਇਕੱਲਾ ਇਕੱਲਾ ਡਾਇਲੋਗ ਲੋਕਾਂ ਦੇ ਦੋ ਦੋ ਤਿੰਨ ਤਿੰਨ ਡਰਾਫਟ ਹੁੰਦੇ ਆ, ਡਿੰਪੀ ਭਾਅ ਜੀ ਦੇ 9 ਡਰਾਫਟ ਸੀ ਫਿਲਮ ਦੇ। ਭਾਅ ਜੀ ਰੋਜ਼ ਸਵੇਰੇ 5 ਉੱਠ ਕੇ ਸਟਾਰਟ ਕਰਦੇ,
ਨਾਲ ਮੈਨੂੰ ਕਹਿਣਾ ਤੂੰ ਵੀ ਨਾਲ ਬਹਿ ਕੇ ਪੜ੍ਹ, ਬਹੁਤ ਮਿਹਨਤ ਕੀਤੀ ਉਹਨਾਂ ਨੇ ਅਤੇ ਫੁੱਲ ਕੌਮੇਡੀ ਫਿਲਮ। ਮੈਂ ਤਾਂ ਆਈ ਐਮ ਜਸਟ ਡੈਡੀਕੇਟ ਮਾਈ ਪਿਕਚਰ ਟੂ ਡਿੰਪੀ ਭਾਅ ਜੀ, ਇਹਨਾਂ ਨੂੰ ਡੈਡੀਕੇਟ ਕਰ ਰਿਹਾ ਜੀ। ਸਾਰਾ ਕੁਛ ਇਹਨਾਂ ਨੇ ਜੋ ਵੀ ਵੈੱਲ ਪਲੈਨਡ ਕੀਤਾ, ਸਟੋਰੀ ਲਿਖੀ, ਡਾਇਰੈਕਸ਼ਨ ਕੀਤੀ, ਪਲੱਸ ਮੇਰੇ 'ਤੇ ਵਰਕ ਕੀਤਾ, ਐਕਟਿੰਗ ਕਰਾਈ। ਹੀ ਵਾਜ਼ ਅ ਵੈਰੀ ਵੈਰੀ ਗੁੱਡ ਐਕਟਰ। ਉਹ ਹਰ ਚੀਜ਼ ਨੂੰ ਵੈੱਲ ਪਲੈਨਡ ਕਰ ਚੱਲਦੇ ਸੀਗੇ, ਸੋ ਸਾਰਾ ਕੁਛ ਵੈੱਲ ਪਲੈਨਡ ਹੈ। ਤੋ ਹੋਪਫੁਲੀ ਹੁਣ ਫਿਲਮ ਥੀਏਟਰ 'ਚ ਆ ਰਹੀ 31 ਮਈ ਨੂੰ, ਅਤੇ ਹੋਪਫੁਲੀ ਸਾਰੇ ਦੇਖਣ ਜਾਇਓ ਅਤੇ ਪਲੀਜ਼ ਸਾਨੂੰ ਸਪੋਰਟ ਕਰਿਓ। ਅਤੇ ਫਿਲਮ ਬਹੁਤ ਫੁੱਲ ਕੌਮੇਡੀ ਆ। ਹਿੰਦੀ ਮੈਂ ਬੋਲ ਸਕਤੀ ਹੂੰ? ਪਹਿਲੀ ਬਾਤ ਤੋ ਹਮ ਲੋਕ ਸਾਰੇ ਡਿੰਪੀ ਸਰ ਕੀ ਵਜ੍ਹਾ ਸੇ ਇਕੱਠੇ ਹੋਏ ਹੈ, ਔਰ ਵੋ ਯਹਾਂ ਪੇ ਨਹੀਂ ਹੈ, ਇਸਸੇ ਬੜੀ ਅਫਸੋਸ ਕੀ ਬਾਤ ਨਹੀਂ ਹੋ ਸਕਤੀ। ਦੂਸਰੀ ਬਾਤ, ਉਹਨੇ ਮੂਵੀ ਮੈਂ ਜਿਤਨਾ ਹਸਾਇਆ ਉਤਨਾ ਹੀ ਹਮੇ ਰੁਲਾ ਕੇ ਗਏ ਹੈ ਉਹ, ਉਨਕਾ ਵੋ ਦੁੱਖ ਤੋਂ ਹਮੇਸ਼ਾ ਰਹਿ ਗਈ। ਮੇਰੀ ਪਹਿਲੀ ਮੂਵੀ ਹੈ, ਬਹੁਤ ਅੱਛਾ ਐਕਸਪੀਰੀਅੰਸ ਥਾ, ਸਾਰੀ ਟੀਮ ਅੱਛੀ ਥੀ, ਵੀਐਨ ਸਰ ਅੱਛੇ, ਸਭੀ ਆਰਟਿਸਟ ਅੱਛੇ, ਕਾਫੀ ਕੁਛ ਸਿੱਖਣੇ ਕੋ ਮਿਲਾ। ਔਰ ਯਹੀ ਦੁਆ ਕਰੂੰਗੀ ਕਿ ਆਪ ਲੋਕੋ ਕੋ ਮੈਂ ਪਸੰਦ ਆਊਂ, ਔਰ ਅੱਛੇ ਪੋਜ਼ਿਟਿਵ ਕਮੈਂਟਸ ਆਪ ਲੋਕ ਕਰੇ, ਔਰ ਮੂਵੀ ਕੋ ਬਹੁਤ ਸਾਰਾ ਪਿਆਰ ਦੇ। ਕਾਮੇਡੀ ਮੂਵੀ ਹੈ ਜੋ ਪੰਜਾਬ ਮੈਂ ਕਾਫੀ ਮਸ਼ਹੂਰ ਹੈ, ਤੋ ਆਈ ਹੋਪ ਆਪਕੋ ਅੱਛੀ ਲੱਗੇ। ਮੇਰਾ ਇਸ ਕਰੈਕਟਰ ਫਿਲਮ ਦੇ ਵਿੱਚ ਪੁਲਿਸ ਵਾਲੇ ਦਾ ਕਰੈਕਟਰ ਹੈ ਜਿਹੜਾ ਕਿ ਕੌਮਿਕ ਟ੍ਰੇਕ ਹੈ। ਇਸ ਤੋਂ ਪਹਿਲਾਂ ਵੀ ਮੈਂ ਇੱਕ ਫਿਲਮ ਆਈ ਸੀ ਮੂਸਾ ਜੱਟ, ਉਹਦੇ ਵਿੱਚ ਵੀ ਮੈਂ ਪੁਲਿਸ ਵਾਲੇ ਦਾ ਰੋਲ ਕੀਤਾ ਸੀਗਾ, ਸਿਸੂ ਮੂਸਾ ਵਾਲੇ ਦਾ ਅਪੋਜ਼ਿਟ। ਪਰ ਉਹ ਰੋਲ ਬੜਾ ਨੈਗੇਟਿਵ ਸੀਗਾ, ਇਹ ਬਿਲਕੁਲ ਹੀ ਉਸ ਤੋਂ ਉਲਟਾ ਹੈ, ਕੌਮੇਡੀ ਹੈ। ਔਰ ਇਸ ਵਿੱਚ ਪੁਲਿਸ ਵਾਲਿਆਂ ਦੀਆਂ ਕੀ ਪ੍ਰੋਬਲਮਸ ਆਉਂਦੀਆਂ ਹੈਗੀਆਂ ਉਹ ਦੱਸੀਆਂ ਗਈਆਂ ਹੈਗੀਆਂ, ਸੋਸਾਇਟੀ ਦੇ ਵਿੱਚ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਂਦਾ ਹੈ। ਅਤੇ ਇਹ ਫਿਲਮ ਜਿਹੜੀ ਹੈਗੀ ਹੈ ਤੁਹਾਨੂੰ ਬਹੁਤ ਪਸੰਦ ਆਊਗੀ, ਔਰ ਬਿਲਕੁਲ ਹੀ ਪਰਿਵਾਰਕ ਇਨਰੋਲ ਫੈਮਿਲੀ ਫਿਲਮ ਹੈ, ਡਰਾਮਾ ਹੈਗਾ। ਮੈਂ ਮੁਕਤਸਰ ਦੇ ਰਹਿਣਾ। ਇੱਕ ਹੋਰ ਪੁਲਿਸ ਵਾਲੇ ਦੀ ਗੱਲ ਦੱਸਾਂ ਜੀ, ਮੈਂ ਜਦੋਂ ਮੈਂ ਜੋਬ 'ਚ ਸੀਗਾ ਅਤੇ ਮਤਲਬ ਜਿੱਦਾਂ ਨਾਂ ਹੈ ਟਾਈਟਲ ਹੈਗਾ ਕਿ ਮਹਿਕਮਾ ਛੜਿਆਂ ਦਾ, ਅਤੇ ਮੈਂ ਵੀ ਮੈਰਿਡ ਨਹੀਂ ਸੀਗਾ ਉਸ ਟਾਈਮ। ਤਾਂ ਜੇ ਕਿਸੇ ਦੇ ਘਰ ਦੇ ਵਿੱਚ ਟੂਲੈਟ ਦੇਖਣਾ ਅਤੇ ਉੱਥੇ ਜਾਣਾ, ਕਮਰਾ ਵੀ ਕਿਰਾਏ 'ਤੇ ਚਾਹੀਦਾ ਹੈ, ਉਹਨਾਂ ਨੇ ਕਹਿਣਾ ਕਿੱਥੇ ਕੰਮ ਕਰਦੇ ਹੋ, ਜੇ ਕਹਿ ਤਾਂ ਪੁਲਿਸ ਵਿੱਚ ਹੈ ਤਾਂ ਨਹੀਂ ਮਿਲਦਾ ਸੀਗਾ ਕਮਰਾ। ਫਿਰ ਨਾਲ ਦੇ ਮਹਿਕਮੇ ਦੇ ਬੰਦਿਆਂ ਨੇ ਸਮਝਾਇਆ ਕਿ ਇੱਦਾਂ ਕਹਿ ਦਿਆ ਕਰ ਵੀ ਹੋਮ ਡਿਪਾਰਟਮੈਂਟ 'ਚ ਹੈ, ਉਹ ਵੀ ਪੁਲਿਸ ਹੀ ਹੋਮ ਡਿਪਾਰਟਮੈਂਟ ਦੇ ਅੰਡਰ ਹੀ ਆਉਂਦਾ ਹੈ ਡਿਪਾਰਟਮੈਂਟ ਸਾਡਾ। ਪਰ ਇਹ ਕਹਿ ਦੇਣ ਨਾਲ ਕਿ ਵੀ ਮੈਂ ਹੋਮ ਡਿਪਾਰਟਮੈਂਟ, ਮਤਲਬ ਪੁਲਿਸ ਦੀ ਇਮੇਜ ਕੁਛ ਇਸ ਤਰ੍ਹਾਂ ਦੀ ਬਣ ਗਈ ਹੈ ਲੋਕਾਂ ਦੇ ਵਿੱਚ, ਜਦਕਿ ਜ਼ਰੂਰੀ ਨਹੀਂ ਹੈ ਕਿ ਪੁਲਿਸ ਵਾਲੇ ਸਾਰੇ ਹੀ ਨੈਗੇਟਿਵ ਹੈ। ਮੈਂ ਆਪਣੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਵੀ ਪੁਲਿਸ ਆਫਿਸਰ ਦੇਖੇ ਹੈ ਜਿਹੜਾ ਆਊਟ ਆਫ ਦਾ ਵੇ ਵੀ ਲੋਕਾਂ ਦੀ ਹੈਲਪ ਕਰਨ ਨੂੰ ਤਿਆਰ ਰਹਿੰਦੇ ਆ, ਹੈਲਪ ਕਰਦੇ ਹੈ। ਅਤੇ ਇਹ ਜਿਹੜੀ ਫਿਲਮ ਹੈ ਇਹਦੇ ਵਿੱਚ ਪੁਲਿਸ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਪ੍ਰੋਬਲਮਸ ਆਉਂਦੀ ਹੈ, ਕੀ ਐਫਰਟਸ ਉਹਨਾਂ ਨੂੰ ਕਰਨੇ ਪੈਂਦੇ ਹੈ ਆਪਣੀ ਜ਼ਿੰਦਗੀ ਜੀਣ ਵਾਸਤੇ, ਇਹ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦਾ ਤੁਸੀਂ ਲੋਕ ਤਨਸ ਦੇਖੋਗੇ
ਹੱਸੋਗੇ, ਇੰਜੋਏ ਕਰੋਗੇ। ਫਿਲਮ ਦਾ ਮਿਊਜ਼ਿਕ ਮੈਂ ਸੁਣਿਆ, A1 ਮਿਊਜ਼ਿਕ ਹੈ, ਬੜੇ ਵਧੀਆ ਵਧੀਆ ਸਿੰਗਰਸ ਹੈ, ਬੜੇ ਅੱਛੇ ਸਿਚੁਏਸ਼ਨ ਦੇ ਨਾਲ ਸੂਟ ਕਰਦੇ ਗਾਣੇ ਹੈਗੇ ਹੈ। ਮਿਊਜ਼ਿਕ ਬਹੁਤ ਵਧੀਆ, ਕਹਾਣੀ ਬਹੁਤ ਵਧੀਆ, ਡਾਇਰੈਕਟਰ ਬਹੁਤ ਵਧੀਆ। ਬਾਕੀ ਹੁਣ ਵਧੀਆ ਆਡੀਅੰਸ ਚਾਹੀਦੀ ਹੈ, ਵਧੀਆ ਤੁਹਾਡੇ ਆਸ਼ੀਰਵਾਦ ਚਾਹੀਦੇ ਹੈ, ਉਹਨਾਂ ਦੀ ਲੋੜ ਹੈ। ਬੇਸ਼ੱਕ ਅਸੀਂ ਲੋਕ ਇਲੈਕਸ਼ਨ ਦੇ ਪੀਰੀਅਡ ਦੇ ਵਿੱਚ ਹੀ ਇਹ ਫਿਲਮ ਨੂੰ ਰਿਲੀਜ਼ ਕਰ ਰਹੇ ਹਾਂ, ਪਰ ਜਿੱਥੇ ਆਪਾਂ ਨਵੀਂ ਸਰਕਾਰ ਜਾਂ ਨਵੇਂ ਬੰਦਿਆਂ ਦੀ ਉਡੀਕ ਵਿੱਚ ਹੈ, ਉੱਦਾਂ ਹੀ ਸਾਡੀ ਫਿਲਮ ਵੀ ਇੱਕ ਨਵੇਂ ਵਿਸ਼ੇ ਦੇ ਨਾਲ, ਨਵੇਂ ਕੰਸੈਪਟ ਦੇ ਨਾਲ ਤੁਹਾਡੇ ਸਾਹਮਣੇ ਆਏਗੀ, ਜੋ ਕਿ ਮੈਨੂੰ ਪੂਰੀ ਆਸ ਹੈ ਕਿ ਪੂਰੀ ਉਤਰੇਗੀ, ਤੁਹਾਡੇ ਨਜ਼ਰਾਂ ਦੇ ਵਿੱਚ ਪੂਰੀ ਉਤਰੇਗੀ। ਹੁਣ ਸਰ ਆਪਣੇ ਮਿਊਜ਼ਿਕ ਦੇ ਵਿੱਚ ਹੈਗੇ ਪ੍ਰਭ ਗਿੱਲ, ਕਮਲ ਖਾਨ, ਸੰਦੀਪ ਬਰਾੜ ਅਤੇ ਮੰਨਤ ਨੂਰ ਜੀ, ਫਿਰ ਹੈਗੇ ਆਪਣੇ ਲੈਂਬਰ ਸਨਪੁਰੀ, ਸਾਰੇ ਦੇ ਸਾਰੇ ਸਿੰਗਰ ਆਪਣੇ ਪੂਰੇ ਵਧੀਆ ਨੇਗੇ ਅਤੇ ਸਾਰੇ ਗਾਣੇ ਸਿਚੁਏਸ਼ਨ ਬਹੁਤ ਵਧੀਆ ਨੇਗੀਆਂ। ਮੇਰੇ ਨਾਲ ਜਦੋਂ ਫਿਲਮ ਕਰਕੇ ਮੈਂ ਲੁਧਿਆਣੇ ਜਾ ਰਿਹਾ ਸੀ, ਕਿੱਸਾ ਦਾ ਜਾ ਰਿਹਾ ਅਤੇ ਮੈਨੂੰ ਪੁਲਿਸ ਵਾਲੇ ਨੇ ਰੋਕ ਲਿਆ, ਟ੍ਰੈਫਿਕ ਵਾਲੇ ਨੇ, ਕਹਿੰਦਾ ਹਾਂ ਕਾਕਾ ਕਿੱਧਰ ਨੂੰ ਮੂੰਹ ਚੁੱਕਿਆ। ਮੈਂ ਕਿਹਾ ਜੀ ਘਰ ਨੂੰ ਜਾ ਰਿਹਾ ਗਾ। ਕਹਿੰਦੇ ਵੀ ਕੀ ਕਰਦਾ? ਮੈਂ ਕਿਹਾ ਜੀ ਇੱਕ ਫਿਲਮ ਬਣਾਈ ਹੈ ਪੁਲਿਸ ਵਾਲਿਆਂ ਦੇ ਨਾਲ। ਕਹਿੰਦੇ ਅੱਛਾ, ਸਾਨੂੰ ਦਿਖਾ ਫਿਰ ਕੀ ਬਣਾਏਗਾ। ਮੈਂ ਥੋੜ੍ਹਾ ਬਹੁਤ ਮੇਰੇ ਪਿਆ ਸੀ, ਫੋਟੋ ਵਗੈਰਾ ਪਈਆਂ ਸੀਗੀਆਂ ਅਤੇ ਸਮਾਨ ਪਿਆ ਦਿਖਾਇਆ। ਕਹਿੰਦੇ ਕੀ ਸ਼ੋਅ ਕੀਤਾ ਪੁਲਿਸ ਨੂੰ? ਮੈਂ ਕਿਹਾ ਜੀ A1। ਕਹਿੰਦਾ ਚੰਗਾ ਫਿਰ ਜਾ ਕਰਾਂ। ਉੱਥੇ ਮੇਰਾ ਪਲੱਸ ਬਣਾ ਗਿਆ, ਮੇਰਾ ਬਚ ਗਿਆ, ਚਲਾਨ ਤੋਂ ਬਚ ਗਿਆ। ਬਸ ਬਸ ਖਾਤੇ ਤਾਂ ਕਰੋੜਾਂ 'ਚ ਹੀ ਆ। ਉਹ ਸਾਰੇ ਵਿੱਚ ਪਾਰਟੀਸਪੇਟ ਕਰਨਗੇ, ਜੋ ਪਾਰਟੀਸਪੇਟ ਕਰਨ ਵਾਸਤੇ ਐਂਟਰੀਜ ਆਪਣੀਆਂ ਸਾਨੂੰ ਰਜਿਸਟਰ ਕਰਵਾ ਸਕਦੇ ਨੇ। ਅਲੱਗ ਅਲੱਗ ਜਗ੍ਹਾ 'ਤੇ ਸਾਨੂੰ ਜਿਹੜੇ ਵੈਨਿਊਜ਼ ਹੈ ਉਹਦੀ ਡਿਟੇਲ ਮਿਲ ਜਾਏਗੀ। ਅਤੇ ਟੀਚਰਸ ਲਈ ਇੱਕ ਪਲੱਸ ਪੁਆਇੰਟ ਇਹ ਹੈਗਾ ਕਿ ਜੋ ਵੀ ਟੀਚਰਸ ਟਾਈਟਲਸ ਵਿਨ ਕਰਨਗੇ ਉਹ ਸਾਡੇ ਨੈਕਸਟ ਫਿਲਮ ਦੇ ਵਿੱਚ ਐਕਟਰਸ ਹੋਣਗੇ। ਸੋ ਜਿਹੜੇ ਟੀਚਰਸ ਫਿਲਮ ਲਾਈਨ ਨਾਲ ਇੰਟਰਸਟਿਡ ਨੇ ਅਤੇ ਜਿਹੜੇ ਟੀਚਰਸ ਇਹਦੇ 'ਚ ਪਾਰਟੀਸਪੇਟ ਕਰ ਸਕਦੇ ਨੇ, ਕਰਨਾ ਚਾਹੁੰਦੇ ਨੇ, ਹਰ ਬੰਦਾ ਪਾਰਟੀਸਪੇਟ ਕਰ ਸਕਦਾ। ਜੋ ਵੀ ਸਕੂਲ ਟੀਚਰ ਹੈ ਉਹ ਪਲੀਜ਼ ਇਹ ਨੰਬਰ ਦਿੱਤੇ ਆ, ਇਹਦੇ 'ਤੇ ਉੱਥੇ ਕੰਟੈਕਟ ਕਰਨ ਅਤੇ ਤੁਹਾਨੂੰ ਪੂਰੀ ਡਿਟੇਲ ਦਿੱਤੀ ਜਾਵੇਗੀ। ਸੋ ਵੀ ਵਿਲ ਟਰਾਈ ਕਿ ਸਾਡੀ ਫਿਲਮ ਬੱਚੇ ਤੱਕ ਪਹੁੰਚੇ ਤਾਂ ਕਿ ਲੋਕ ਥੀਏਟਰ ਵਿੱਚ 31 ਮਈ ਨੂੰ ਫਿਲਮ ਦੇਖਣ ਜਾ ਸਕੇ। ਥੈਂਕ ਯੂ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।